ਸਵਾਗਤ ਹੈ ਦੋਸਤੋ ਤੁਹਾਡਾ ਸਭ ਦਾ ਆਪਣੇ ਚੈਨਲ ਜੀਐਸ ਅਪਡੇਟਸ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ 24 ਜੂਨ ਹੈ ਤੇ ਅਜੀਤ ਅਖਬਾਰ ਦੇ ਵੱਲੋਂ ਅਪਡੇਟ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ 24 ਜੂਨ ਨੂੰ ਜਮਾਤ 12ਵੀਂ ਦੇ ਵਿਦਿਆਰਥੀਆਂ ਨਤੀਜਾ ਐਲਾਨ ਕੀਤਾ ਜਾਵੇਗਾ ਪੀਐਸਬੀ ਬੋਰਡ ਦੇ ਵੱਲੋਂ ਸੋ ਸਵੇਰ ਤੋਂ ਹੀ ਵਿਦਿਆਰਥੀਆਂ ਲਗਾਤਾਰ ਕਮੈਂਟ ਆ ਰਹੇ ਹਨ ਨਤੀਜਿਆਂ ਨੂੰ ਲੈ ਕੇ ਕਿ ਕੀ ਨਤੀਜੇ ਅੱਜ ਐਲਾਨੇ ਜਾਣਗੇ ਜਾਂ ਫਿਰ ਨਹੀਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੱਡੀ ਅਪਡੇਟਸ ਨਿਕਲ ਕੇ ਆ ਰਹੀਆਂ ਹਨ ਸੋ ਕੀ ਹੈ ਪੂਰੀ ਅਪਡੇਟ ਤੁਹਾਨੂੰ ਅੱਜ ਸਟੂਡੀਓ ਦੇ ਵਿੱਚ ਪਹੁੰਚਲੇਗੀ ਸੋ ਵੀਡੀਓ ਨੂੰ ਹੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਘੰਟੀ ਬਟਨ ਨੂੰ ਜ਼ਰੂਰ ਦਬਾ ਲਵੋ ਇਸੇ ਤਰ੍ਹਾਂ ਹੋਰ ਵੀਡੀਓ ਸਭ ਤੋਂ ਪਹਿਲਾਂ ਤੇ ਸਮੇ ਸਮੇਂ ਸਿਰ ਦੇਖਣ ਲਈ ਜਦੋਂ ਹੀ ਨਤੀਜਾ ਐਲਾਨ ਕੀਤਾ ਜਾਵੇਗਾ ਪੀਐਸਸੀਬੀ ਦੇ ਵੱਲੋਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਜੀਐਸ ਅਪਡੇਟਸ ਸੇ ਹੀ ਦੇਖਣ ਨੂੰ ਮਿਲੇਗਾ ਸੋ 10 ਮਵੇਸ ਨਾ ਕਰਦੇ ਹੋਏ ਚਲੋ ਪਾਜ਼ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੀਐਸਸੀਬੀ ਬੋਰਡ ਰਿਜ਼ਲਟ ਟੂਡੇ ਸਿੱਖਿਆ ਬੋਰਡ ਵੱਲੋਂ ਨਤੀਜਿਆਂ ਦੀ ਘੋਸ਼ਣਾ ਵਿਦਿਆਰਥੀਆਂ ਲਈ ਵੱਡੀ ਖਬਰ 12ਵੀਂ ਜਮਾਤ ਦਾ ਨਤੀਜਾ ਦਾ ਇੰਤਜ਼ਾਰ ਖਤਮ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਅਤੇ 10ਵੀਂ ਜਮਾਤ ਦੇ ਨਤੀਜੇ ਸੰਬੰਧੀ ਵੱਡੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਵਿਦਿਆਰਥੀ ਨੇ 10ਵੀਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ ਉਹਨਾਂ ਲਈ ਵੱਡੀ ਖਬਰ ਹੈ 12ਵੀਂ ਜਮਾਤ ਦਾ ਨਤੀਜਾ ਇਜ਼ਨ ਪ੍ਰਾਪਤ ਜਾਣਕਾਰੀ ਅਨੁਸਾਰ 12ਵੀਂ ਦਾ ਨਤੀਜਾ ਅੱਜ ਯਾਨੀ 24 ਜੂਨ ਨੂੰ ਹੀ ਐਲਾਨਿਆ ਜਾਵੇਗਾ ਸੁਝੀਆਂ ਦੋਸਤੋਂ ਖਬਰਾਂ ਦੇ ਵਿੱਚ ਹਜੇ ਵੀ ਇਹੀ ਜਾਣਕਾਰੀ ਦੇਖਣ ਨੂੰ ਮਿਲ ਰਹੀ ਹੈ ਕਿ ਨਤੀਜਾ ਅੱਜ ਮਤਲਬ ਕਿ 24 ਜੂਨ ਨੂੰ ਹੀ ਐਲਾਨ ਜਾਵੇਗਾ ਜਮਾਤ 12 ਦੇ ਵਿਦਿਆਰਥੀਆਂ ਲਈ ਲੇਕਿਨ ਹਜੇ ਤੱਕ ਪੀਐਸਸੀਬੀ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਪੀਐਸਸੀਬੀ ਨੇ ਹਜੇ ਤੱਕ ਇਸ ਦੇ ਬਾਰੇ ਕੋਈ ਵੀ ਅਪਡੇਟ ਨਹੀਂ ਜਾਰੀ ਕੀਤੀ ਹੈ ਕਿ ਨਤੀਜਾ ਅੱਜ ਆਵੇਗਾ ਜਾਂ ਫਿਰ ਨਹੀਂ ਸੋ ਆਪਾਂ ਨੂੰ ਅੱਜ ਇੰਤਜ਼ਾਰ ਕਰਨਾ ਪਵੇਗਾ 10ਵੀਂ ਜਮਾਤ ਦਾ ਨਤੀਜਾ ਇਸ ਦਿਨ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ 29 ਜੂਨ ਨੂੰ ਐਲਾਨੇ ਜਾਵੇਗਾ ਤੇ ਨਾਲ ਹੀ ਇੱਕ ਹੋਰ ਵੀ ਅਪਡੇਟ ਹੈ PSEB 10+2 रिजल्ट 24 जून 2022 PSEB 12th रिजल्ट डाउनलोड लिंक मेरिट लिस्ट सब्जेक्ट वाइज रिजल्ट ਪੰਜਾਬ ਕੋਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਨਤੀਜੇ ਦਾ ਐਲਾਨ ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਵੱਲੋਂ ਕੀਤਾ ਜਾਵੇਗਾ ਪ੍ਰਾਪਤ ਜਾਣਕਾਰੀ ਅਨੁਸਾਰ 12ਵੀਂ ਜਮਾਤ ਦਾ ਨਤੀਜਾ ਦੁਪਹਿਰ ਬਾਅਦ ਐਲਾਨਿਆ ਜਾਵੇਗਾ ਜੀहां ਦੋਸਤੋ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਭ ਦੇ ਲਈ ਵੱਡੀ ਖਬਰ ਹੈ ਨਿਊਜ਼ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 12ਵੀਂ ਜਮਾਤ ਦਾ ਜੋ ਨਤੀਜਾ ਹੈ ਦੁਪਹਿਰ ਬਾਅਦ ਐਲਾਨਿਆ ਜਾਵੇਗਾ ਸੋ ਦੇਖਦੇ ਰਹੋ ਨਤੀਜੇ ਸਬੰਧਤ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਨਤੀਜੇ ਸਬੰਧੀ ਸਾਰੀ ਜਾਣਕਾਰੀ ਅਸੀਂ ਜਲਦੀ ਹੀ ਅਪਡੇਟ ਕਰਾਂਗੇ ਸੋ ਜੀ ਹਾਂ ਦੋਸਤੋ ਦੇਖ ਸਕਦੇ ਹੋ ਨਿਊਜ਼ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਹੀ ਤੁਹਾਡਾ ਨਤੀਜਾ ਜੋ ਹੈ ਐਲਾਨਿਆ ਜਾਵੇਗਾ ਸੋ ਹੁਣ ਆਪਾਂ ਨੂੰ ਅੱਜ ਦੁਪਹਿਰ ਤੱਕ ਦਾ ਵੇਟ ਕਰਨਾ ਪਵੇਗਾ ਜੇਕਰ ਪੀਐਸਬੀ ਵੱਲੋਂ ਵੀ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਹੁੰਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਜੀਐਸ ਅਪਡੇਟਸ ਸੇ ਇਹਨੂੰ ਮਿਲ ਜਾਵੇਗੀ ਸੋ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰਕੇ ਨਾਲ ਤੇ ਘੰਟੀ ਬਟਨ ਨੂੰ ਜ਼ਰੂਰ ਦਬਾ ਲਵੋ ਮਿਲਦੇ ਹਾਂ ਨੈਕਸਟ ਵੀਡੀਓ ਤੱਕ ਲਈ ਬਾਏ ਬਾਏ ਟਾਟਾ ਧੰਨਵਾਦ ਪੀਐਸਬੀ ਜਮਾਤ 10ਵੀਂ ਅਤੇ ਜਮਾਤ 12ਵੀਂ ਦੇ ਨਤੀਜਾ ਸਭ ਤੋਂ ਪਹਿਲਾਂ ਦੇਖਣ ਲਈ ਪਲੇ ਸਟੋਰ ਤੋਂ ਤੁਸੀਂ ਇੱਕ ਐਪ ਡਾਊਨਲੋਡ ਕਰਨਾ ਹੈ ਪਲੇ ਸਟੋਰ ਤੇ ਤੁਸੀਂ ਸਰਚ ਕਰਨਾ ਹੈ ਪੰਜਾਬ ਬੋਰਡ ਰਿਜ਼ਲਟ ਜੋ ਤੁਸੀਂ ਸਰਚ ਕਰੋਗੇ ਤਾਂ ਉਸ ਤੋਂ ਬਾਅਦ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਲੋਗੋ ਸ਼ੋ ਹੋ ਜਾਵੇਗਾ ਤੁਸੀਂ ਇਸ ਐਪ ਨੂੰ ਤੁਸੀਂ ਕਲਿੱਕ ਕਰ ਦੇਣਾ ਹੈ ਜੋ ਕਿ ਇੰਪੋਰਟੈਂਟ এডਿਕੇਸ਼ਨ ਦੇ ਦੁਆਰਾ ਬਣਾਇਆ ਗਿਆ ਹੈ ਇਸ ਐਪ ਨੂੰ ਤੁਸੀਂ ਇੰਸਟਾਲ ਕਰ ਲੈਣਾ ਹੈ ਆਪਣੇ ਮੋਬਾਈਲ ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਇਸ ਐਪ ਨੂੰ ਰੇਟਿੰਗਸ ਦੇ ਸਕਦੇ ਹੋ ਤੇ ਨਾਲ ਹੀ ਤੁਸੀਂ ਇਸ ਐਪ ਦੇ ਰਿਵਿਊਜ਼ ਵੀ ਸ਼ੇਅਰ ਕਰ ਸਕਦੇ ਹੋ ਤੁਸੀਂ ਰਿਵਿਊ ਜ਼ਰੂਰ ਸ਼ੇਅਰ ਕਰਨਾ ਹੈ ਜਿਸ ਦੇ ਵਿੱਚ ਤੁਸੀਂ ਲਿਖਣਾ ਹੈ ਪੰਜਾਬ ਬੋਰਡ ਰਿਜ਼ਲਟ ਤੇ ਇਸ ਤੋਂ ਬਾਅਦ ਤੁਸੀਂ ਪੋਸਟ ਦੇ ਉੱਪਰ ਕਲਿੱਕ ਕਰ ਦੇਣਾ ਹੈ ਤੇ ਇਸ ਤੋਂ ਬਾਅਦ ਆਪਣੇ ਨਤੀਜਾ ਦੇਖਣ ਲਈ ਤੁਸੀਂ ਇਸ ਐਪ ਨੂੰ ਓਪਨ ਕਰ ਦੇਣਾ ਹੈ ਜਦੋਂ ਤੁਸੀਂ ਇਸ ਐਪ ਨੂੰ ਓਪਨ ਕਰੋਗੇ ਤਾਂ ਕੁਝ ਇਦਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਸ਼ੋ ਹੋ ਜਾਵੇਗਾ ਸੋ ਆਪਣੇ ਜਮਾਤ ਦੇ ਅਕੋਰਡਿੰਗ 10th ਆਫ 12th ਰਿਜ਼ਲਟ 2022 ਦਾ ਕਲਿੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਚੈੱਕ ਰਿਜ਼ਲਟ ਨਾ ਉਤੇ ਤੁਸੀਂ ਕਲਿੱਕ ਕਰ ਦੇਣਾ ਹੈ